ਜਾਲੀ ਨੰਬਰ ਪਲੇਟਾਂ ਅਤੇ NOC ਦੇ ਬਿਨਾਂ ਵੇਚਦੇ ਸੀ ਲਗਜ਼ਰੀ ਗੱਡੀਆਂ। ਪੁਲਿਸ ਦੇ ਹੱਥੇ ਚੜ ਗਏ ਦੋ ਨੌਜਵਾਨ, ਖੁਦ ਹੀ ਜਾਲੀ ਕਾਗਜ਼ਾਤ ਬਣਾ ਕੇ ਕਰਦੇ ਸੀ ਗੱਡੀਆਂ ਦਾ ਧੰਦਾ। ਪੁਲਿਸ ਦੇ ਵੱਲੋਂ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦੇ ਵੱਲੋਂ ਲਗਜ਼ਰੀ ਗੱਡੀਆਂ ਦਾ ਧੰਦਾ ਕੀਤਾ ਜਾਂਦਾ ਸੀ ਅਤੇ ਇਸ ਗਿਰੋਹ ਦੇ ਮੈਂਬਰਾਂ ਦੇ ਵੱਲੋਂ ਖੁਦ ਹੀ ਜਾਲੀ ਕਾਗਜ਼ਾਤ ਬਣਾ ਕੇ ਜੋ ਗੱਡੀਆਂ ਦੀ ਖਰੀਦ ਵੇਚ ਹੈ ਉਹ ਕੀਤੀ ਜਾਂਦੀ ਸੀ। ਪੰਜਾਬ ਦੇ ਨਾਲ ਲੱਗਦੇ ਸੂਬਿਆਂ ਤੋਂ ਇਹ ਗੱਡੀਆਂ ਮੰਗਵਾਉਂਦੇ ਸੀ ਪੰਜਾਬ 'ਚ ਅਤੇ ਫਿਰ ਲੋਕਾਂ ਤੱਕ ਇਸ ਗੱਡੀਆਂ ਨੂੰ ਜਾਲੀ ਨੰਬਰ ਪਲੇਟਾਂ ਲਗਾ ਕੇ ਅਤੇ ਬਿਨਾਂ NOC ਤੋਂ ਹੀ ਇਸ ਨੂੰ ਵੇਚ ਦਿੰਦੇ ਸੀ। ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਦੇ ਵੱਲੋਂ ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਹਾਲਾਂਕਿ ਇਸ ਗਿਰੋਹ ਦੇ ਮੈਂਬਰਾਂ ਦੇ ਵੱਲੋਂ ਪੰਜਾਬ ਦੇ ਨਾਲ ਲੱਗਦੇ ਹੋਰਨਾਂ ਸੂਬਿਆਂ ਤੋਂ ਲਗਜ਼ਰੀ ਗੱਡੀਆਂ ਪੰਜਾਬ 'ਚ ਮੰਗਵਾਈਆਂ ਜਾਂਦੀਆਂ ਸੀ ਅਤੇ ਫਿਰ ਉਹਨਾਂ 'ਤੇ ਜਾਲੀ ਨੰਬਰ ਪਲੇਟਾਂ ਲਗਾ ਕੇ ਨਕਲੀ NOCਾਂ ਤਿਆਰ ਕਰਕੇ ਲੋਕਾਂ ਤੱਕ ਇਸ ਨੂੰ ਵੇਚ ਦਿੱਤਾ ਜਾਂਦਾ ਸੀ। ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਜਿਨ੍ਹਾਂ ਦੇ ਕੋਲੋਂ 5 ਲਗਜ਼ਰੀ ਗੱਡੀਆਂ ਜੋ ਨੇ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਇਸ ਗਿਰੋਹ ਦੇ ਮੈਂਬਰਾਂ ਦੇ ਵੱਲੋਂ ਇਹ ਜੋ ਨੈਕਸਸ ਹੈ ਬੜੇ ਵੱਡੇ ਪੱਧਰ 'ਤੇ ਚਲਾਇਆ ਜਾਂਦਾ ਸੀ ਅਤੇ ਜੋ ਮਹਿੰਗੀਆਂ ਮਹਿੰਗੀਆਂ ਲੱਖਾਂ ਕਰੋੜਾਂ ਦੀਆਂ ਗੱਡੀਆਂ ਸੀ ਉਹਨਾਂ ਨੂੰ ਪਹਿਲਾਂ ਪੰਜਾਬ 'ਚ ਮੰਗਵਾਇਆ ਜਾਂਦਾ ਸੀ ਅਤੇ ਇਸ ਦੇ ਵਿੱਚ ਪੁਲਿਸ ਨੂੰ ਸ਼ੱਕ ਹੈ ਕਿ ਹੋਰ ਵੀ ਲੋਕ ਜੁੜੇ ਹੋ ਸਕਦੇ ਨੇ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜੋ ਜਾਂਚ ਹੈ ਉਹ ਕੀਤੀ ਜਾ ਰਹੀ ਹੈ। ਹਾਲਾਂਕਿ ਕਿੱਥੋਂ ਇਹ ਗੱਡੀਆਂ ਮੰਗਵਾਉਂਦੇ ਸੀ, ਕਿਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਗੱਡੀਆਂ ਦੀ ਜੋ ਖਰੀਦ ਵੇਚ ਹੈ ਉਹ ਕੀਤੀ ਜਾਂਦੀ ਸੀ ਅਤੇ ਕਿਹਨਾਂ ਲੋਕਾਂ ਦੇ ਵੱਲੋਂ ਜੋ ਜਾਲੀ ਕਾਗਜ਼ਾਤ ਅਤੇ ਜਾਲੀ NOCਾਂ ਤਿਆਰ ਕੀਤੀਆਂ ਜਾਂਦੀਆਂ ਸੀ ਉਸ ਸਭ ਨੂੰ ਲੈ ਕੇ ਪੁਲਿਸ ਦੇ ਵੱਲੋਂ ਜੋ ਜਾਂਚ ਹੈ ਉਹ ਕੀਤੀ ਜਾ ਰਹੀ ਹੈ। ਇਸ ਦਾ ਕੀ ਸਾਰਾ ਵੇਰਵਾ ਹੈ, ਕਿਹਨਾਂ ਦੇ ਵੱਲੋਂ ਜੋ ਹੈ ਸਭ ਜੋ ਨਕਲੀ ਕਾਗਜ਼ਾਤ ਹੈ ਤਿਆਰ ਕੀਤੇ ਜਾਂਦੇ ਸੀ, ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜੋ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਕਮਿਸ਼ਨਰੇਟ ਨੂੰ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਵਿੱਚ ਜਿਹੜਾ ਇੰਚਾਰਜ CA ਤੋਂ ਇੰਸਪੈਕਟਰ ਰਾਜੇਸ਼ ਕੁਮਾਰ ਹੈ ਉਹਨਾਂ ਦੀ ਟੀਮ ਵੱਲੋਂ ਦੋ ਬੰਦੇ ਕਰਸ਼ਦੀਪ ਸਿੰਘ ਉਰਫ ਅਰਸ਼, ਸੈਕਿੰਡ ਜਿਹੜਾ ਹੈਗਾ ਅਮਰਦੀਪ ਸਿੰਘ ਉਰਫ ਅਮਰ, ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। FIR ਨੰਬਰ 132/2024 ਦੀ ਜਿਹੜੀ ਡੁਗਰੀ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ। ਇਸ ਸੰਬੰਧੀ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਵੀ ਸਾਨੂੰ ਇਸ ਕੇਸ ਦੇ ਵਿੱਚ ਹੁਣ ਤੱਕ ਜਿਹੜੀਆਂ 5 ਗੱਡੀਆਂ ਬਰਾਮਦ ਹੋ ਗਈਆਂ, ਇੱਕ BMW ਕਾਰ ਵੀ, ਇੱਕ ਮਰਸੀਡੀਜ਼ ਕਾਰ, ਇੱਕ ਕ੍ਰੇਟਾ ਕਾਰ ਹੈ। ਅਤੇ ਜਿਹੜਾ ਇਹ ਗਰੋਹ ਸੀਗਾ ਇਹਦਾ ਮਾਡਲ ਸਪਲੈਂਡੀ ਇਹ ਸੀਗਾ ਵੀ ਇਹ ਜਾਲੀ ਜਿਹੜਾ ਇਹਨਾਂ ਡਾਕੂਮੈਂਟਸ ਤਿਆਰ ਕਰਕੇ RC ਵਗੈਰਾ ਜਾਲੀ ਤਿਆਰ ਕਰਕੇ ਬਿਨਾਂ NOC ਵਾਲੀਆਂ ਗੱਡੀਆਂ ਬਾਹਰੋਂ ਲਿਆ ਕੇ ਜਿਹੜਾ ਇੱਥੇ ਆਮ ਲੋਕਾਂ ਨੂੰ ਉਹਦੇ ਫਰਜ਼ੀ ਡਾਕੂਮੈਂਟਸ ਤਿਆਰ ਕਰਕੇ ਵੇਚਦੇ ਸੀਗੇ। ਇਸ ਵਿੱਚ ਅਸੀਂ ਜਿਹੜੀਆਂ ਹੁਣ ਤੱਕ 5 ਗੱਡੀਆਂ ਰਿਕਵਰ ਕਰ ਲਈਆਂ, 2 ਦੋਸ਼ੀ ਗ੍ਰਿਫਤਾਰ ਕੀਤੇ ਹੈ। ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ 5 ਦਿਨ ਦਾ ਰਿਮਾਂਡ ਲਿਆ ਹੋਇਆ ਤੇ ਸਾਡੀ ਜਿਹੜੀ ਅੱਗੇ ਤਫਤੀਸ਼ ਹੈ ਉਹ ਡੰਗਾਈ ਨਾਲ ਚੱਲਦੀ ਹੈ। ਸਰ ਗੱਡੀਆਂ ਉਹ ਲਿਆਉਂਦੇ ਸੀ ਕਿ ਜਿਹੜੀਆਂ ਕੈਂਸਲ ਹੋ ਚੁੱਕੀਆਂ ਜਿਸ ਸੂਬਿਆਂ ਦੇ ਵਿੱਚ, ਜਾਂ ਫਿਰ ਕਿਸ ਤਰ੍ਹਾਂ ਮਤਲਬ NOC ਜੋ ਹੁਣ ਤੱਕ ਸਾਡੀ ਤਫਤੀਸ਼ ਸਾਹਮਣੇ ਆਇਆ ਉਹ ਬਿਨਾਂ NOC ਵਾਲੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਦੇ ਫਰਜ਼ੀ ਜਿਹੜੇ RCs ਤੇ ਬਾਕੀ ਡਾਕੂਮੈਂਟ ਤਿਆਰ ਕਰਕੇ ਇਹ ਅੱਗੇ ਉਹਨਾਂ ਨੂੰ ਸੇਲ ਕਰਨ ਦਾ ਕੰਮ ਕਰਦੇ ਸੀਗੇ। ਇਸ ਵਿੱਚ ਜਿਹੜਾ 3rd ਅਕਿਊਜ਼ਡ ਹੈ ਇੱਥੇ ਸਨੀ ਉਰਫ ਸ਼ੈਟੀ ਕਬਾੜੀਆ ਨਾਂ ਦਾ ਅਕਿਊਜ਼ਡ ਹੈ ਅਤੇ ਪਹਿਲਾਂ ਵੀ ਪਰਚੇ ਦਰਜ ਹੈ, ਉਹਨੂੰ ਵੀ ਅਸੀਂ ਕੇਸ ਵਿੱਚ ਨਾਮਜ਼ਦ ਕੀਤਾ ਹੈ ਅਤੇ ਉਹਦੀ ਗ੍ਰਿਫਤਾਰੀ ਲਈ ਵੀ ਸਾਡੀਆਂ ਟੀਮਾਂ ਜਿਹੜੀਆਂ ਛਾਪੇਮਾਰੀ ਕਰ ਰਹੀਆਂ। ਇਹ ਹਜੇ ਫਿਲਹਾਲ ਜਿਹੜਾ ਇਹਦੇ 'ਚ ਮੇਨ ਅਕਿਊਜ਼ਡ ਹੈ ਉਹਦੇ ਕੋਲ ਸਾਨੂੰ ਜਾਲੀ ID ਕਾਰਡ ਵੀ ਮਿਲਿਆ ਹੈਗਾ ਜਿਸ ਵਿੱਚ ਇਹਨੇ ਪੁਲਿਸ ਦੀ ਯੂਨੀਫਾਰਮ ਪਾ ਕੇ ID ਕਾਰਡ ਫੇਕ ਬਣਾਇਆ ਹੈਗਾ ਅਤੇ ਇੱਕ ਇੱਥੋਂ ਟੋਏ ਪਿਸਟਲ ਜਿਹੜੀ ਉਹ ਵੀ ਮਿਲੀ ਹੈਗੀ ਹੈ। ਬਾਕੀ ਇਹਦਾ ਅਸੀਂ ਰਿਮਾਂਡ ਲਿਆ, ਡਿਟੇਲ 'ਚ ਜੀ ਤਫਤੀਸ਼ ਕਰ ਰਹੇ ਹਾਂ ਵੀ ਕੋਈ ਟਰਾਂਸਪੋਰਟ ਮਹਿਕਮੇ ਦਾ ਮੁਲਾਜ਼ਮ ਤਾਂ ਨਹੀਂ ਉਹਨਾਂ ਨਾਲ ਇਨਵੋਲਵ, ਬਾਕੀ ਇਹਦੀ ਜਿਹੜੀ ਡੰਗਾਈ ਨੂੰ ਪ੍ਰਪਾਲ ਚੱਲ ਰਿਹਾ। ਇਹ ਜਿਹੜੇ ਦੋਵੇਂ ਦੋਸ਼ੀ ਅਸੀਂ ਅਰੈਸਟ ਕੀਤੇ ਦੋਵੇਂ ਲੁਧਿਆਣੇ ਰਹਿਣ ਵਾਲੇ, ਪਲੱਸ ਜਿਹੜਾ ਤੀਜਾ ਬੰਦਾ ਅਸੀਂ ਨਾਮਜ਼ਦ ਕੀਤਾ
ਜਿਸ ਨਾਲ ਇਹਨਾਂ ਦੀ ਇਨਵੋਲਵਮੈਂਟ ਸੀਗੀ ਕ੍ਰਾਈਮ ਵਿੱਚ, ਉਹ ਵੀ ਲੋਕਲ ਛਾਉਣੀ ਮਹੱਲੇ ਦਾ ਸੀਗਾ। ਸਰ ਇੰਟਰਸਟੇਟ ਗੈਂਗ ਕਹਿ ਸਕਦੇ ਆ ਕਿਉਂਕਿ ਬਾਹਰਲੇ ਸੂਬਿਆਂ ਦੇ ਵਿੱਚ ਵੀ ਕੋਈ ਲਿੰਕ ਹੈਗਾ ਜਿੱਥੋਂ ਗੱਡੀਆਂ ਇਹ ਹੁਣ ਸਾਡਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਇਹ ਲੈ ਕੇ ਬਾਹਰੋਂ ਹੀ ਆਉਂਦੇ ਸੀ ਗੱਡੀਆਂ, ਹੁਣ ਕਿਹੜੇ ਬੰਦੇ ਆ ਕਿੱਥੋਂ ਲੈ ਕੇ ਆਉਂਦੇ, ਸਾਡੀ ਤਫਤੀਸ਼ ਦੇ ਦੌਰਾਨ ਅਸੀਂ ਹੋਰ ਬੰਦਾ ਪਹਿਲਾਂ ਵੀ ਦੱਸਿਆ ਜਿਹੜਾ ਬ੍ਰਾਹਮਣ ਹੋਇਆ ਪਿਆ ਇਹ ਅਸੀਂ ਉਸ ਐਂਗਲ ਤੋਂ ਵੀ ਇਹਨਾਂ ਤੋਂ ਬੜੀ ਬਰੀਕੀ ਨਾਲ ਜਿਹੜੀ ਹੈਗੀ ਹੈ ਸਾਡੀ ਪੁੱਛਗਿੱਛ ਹੋ ਰਹੀ ਹੈ ਵੀ ਇਹਨਾਂ ਨੇ ਕੋਈ ਵਾਰਦਾਤ ਨਹੀਂ ਕੀਤੀ, ਪਰ ਫਿਲਹਾਲ ਹਜੇ ਤੱਕ ਦੀ ਪੁੱਛਗਿੱਛ 'ਚ ਇਹਨਾਂ ਵੱਲੋਂ ਕੋਈ ਇੱਦਾਂ ਦਾ ਇਹਨਾਂ 'ਤੇ ਪਹਿਲਾਂ ਦਾ ਪਰਚਾ ਦਰਜ ਜਾਂ ਕੋਈ ਕ੍ਰਾਈਮ ਵਾਲੀ ਗੱਲ ਨਹੀਂ ਸਾਹਮਣੇ ਆਈ, ਪਰ ਫਿਰ ਵੀ ਅਸੀਂ ਇਹਨਾਂ ਦਾ ਰਿਮਾਂਡ ਪੁਲਿਸ ਰਿਮਾਂਡ ਲਿਆ ਅਤੇ ਤਫਤੀਸ਼ ਚੱਲ ਰਹੀ ਹੈ। ਦੇਖੋ ਜਿਹੜਾ ਇਹਦੇ ਜਿਹੜਾ ਥਰਡ ਪਰਸਨ ਹੈ ਜੇ ਨਾਮਜ਼ਦ ਕੀਤਾ ਉਹ 'ਤੇ ਪਹਿਲਾਂ ਵੀ ਪਰਚੇ ਦਰਜ ਹੈ ਅਤੇ ਉਹਦੀ ਇਹਨਾਂ ਨਾਲ ਜਿਹੜੀ ਇਨਵੋਲਵਮੈਂਟ ਹੁਣ ਤੱਕ ਇਹ ਆਈ ਹੈ ਵੀ ਉਹਦੇ ਨਾਲ ਰਲ ਕੇ ਜਿਹੜਾ ਇਹ ਇਕੱਠੇ ਮਿਲ ਕੇ ਕੰਮ ਕਰਦੇ ਸੀਗੇ ਤੇ ਬਾਕੀ ਇਹਦੀ ਜਿਹੜੀ ਡਿਟੇਲ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੋ ਵੀ ਸਪੈਸੀਫਿਕ ਰੋਲ ਆਊਗਾ ਅਸੀਂ ਤੱਕ ਹਜੇ ਤੱਕ। ਦੇਖੋ ਸਾਨੂੰ 5 ਗੱਡੀਆਂ ਰਿਕਵਰ ਹੋਈਆਂ, ਬਾਕੀ ਇਹਦੀ ਹੋਰ ਅਸੀਂ ਰਿਮਾਂਡ ਲੈ ਕੇ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਇਹ ਜਿਹੜਾ ਅਰਸ਼ਦੀਪ ਹੈਗਾ ਇਹਦੀ ਅਰਾਊਂਡ ਏਜ ਹੈਗੀ ਹੈ 30-35 ਸਾਲ ਦੇ ਕਰੀਬ ਹੈਗੀ ਹੈ। ਜਿਹੜਾ ਇਹਦੇ ਨਾਲ ਅਮਰ ਹੈਗਾ ਉਹ ਬੇਸਿਕਲੀ ਮਕੈਨਿਕ ਹੈਗਾ ਜਿਹੜਾ ਗੱਡੀਆਂ ਚੈੱਕ ਕਰਕੇ ਦੱਸਦਾ ਵੀ ਗੱਡੀਆਂ ਦੀ ਕੀ ਸਟੇਟਸ ਹੈ, ਰੰਗ ਹੋਇਆ ਨਹੀਂ ਹੋਇਆ ਇਸ ਤਰ੍ਹਾਂ ਦੀ। ਉਹ ਥੋੜ੍ਹਾ ਏਜਡ ਹੈਗਾ, ਅਰਾਊਂਡ 45-50 ਸਾਲ ਦਾ ਲੱਗਦਾ। ਬਾਕੀ ਜਿਹੜੀ ਸਾਡੀ ਤਫਤੀਸ਼ ਚੱਲ ਰਹੀ ਹੈ ਸਰ, ਜਿਹੜੀ ਲਗਜ਼ਰੀ ਗੱਡੀਆਂ ਨੇ ਕੀਮਤ ਕਾਫੀ ਹੁੰਦੀ ਹੈ ਨਾ, ਲੱਗਦਾ ਕਿ ਸਰ ਇਹਨਾਂ ਦੇ ਪੈਸਿਆਂ ਦੀ ਖਾਤਿਆਂ ਦੀ ਜਾਂਚ ਵਗੈਰਾ? ਅਸੀਂ ਜਿਹੜੀ ਇਨਵੈਸਟੀਗੇਸ਼ਨ ਐਸੇ ਕਰਕੇ ਰਿਮਾਂਡ ਲਿਆ ਹੋਇਆ, ਫਾਈਨੈਂਸ਼ੀਅਲ ਐਂਗਲ ਤੋਂ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪਲੱਸ ਜਿਹੜਾ ਕੋਈ ਹੋਰ ਬੰਦਾ ਕਿਸੇ ਡਿਪਾਰਟਮੈਂਟ ਦਾ ਇਨਵੋਲਵ ਉਸ ਐਂਗਲ ਤੋਂ ਵੀ ਤਫਤੀਸ਼ ਚੱਲ ਰਹੀ ਹੈ। ਕੋਈ ਕੰਪਲੇਨੈਂਟ ਸੀਗਾ ਜਿਹਨੇ ਤੁਹਾਨੂੰ ਕੰਪਲੇਂਟ ਕੀਤੀ ਸੀ ਕਿ ਇਸ ਤਰ੍ਹਾਂ ਗੱਡੀਆਂ ਉਹਨੂੰ ਵੇਚੀ ਗਈ ਜਾਂ ਕਿਸੇ ਕੰਪਲੇਂਟ? ਫਿਲਹਾਲ ਤਾਂ ਜਿਹੜਾ ਇਹ FIR ਪੁਲਿਸ ਵੱਲੋਂ ਰਜਿਸਟਰ ਕੀਤੀ ਹੋਈ ਹੈ, ਪਰ ਬਾਕੀ ਹੁਣ ਜਿਵੇਂ ਤਫਤੀਸ਼ ਦੇ ਵਿੱਚ ਕਿਸੇ ਦਾ ਆਏਗਾ ਕਿਸੇ ਨੇ ਕੰਪਲੇਂਟ ਕੀਤੀ ਹੈ, ਪਾਰਟ ਆਫ ਇਨਵੈਸਟੀਗੇਸ਼ਨ ਡਿਟੇਲ। ਥੈਂਕ ਯੂ।